ترجمة
كملي والي يا كملي دے کج پردے
ते काली कमली दी शादा वास्ताई कमली वालिया कमली दे कज परदे ओ काली कमली दी शादा वास्ताई जिथे तेरे नवासियां दा खून डुलिया उस जगह उस थां दा वास्ताई चुक चुक के कर्ण फरिश्ते सलाम आके भागा वाली उस मां दा वास्ताई कमली वालिया कमली दी लज रखनी तैनू तेरे ही नां दा वास्ताई कहिंदा है मेरे शहंशाह इस ब्रह्मा सरकार तुहाडे कदमां दे विच असीं सारे बैठे हां साडी इज्जत रखी साडे दिल दी जो भी मुराद है उहनूं पूरा करी और जिन्नियां भी रूहां मैं दुआ करदा ਉਹਨਾਂ ਦੇ ਕਦਮਾਂ ਵਿੱਚ ਬੈਠੀਆਂ ਨੇ ਦਾਤਾ ਜੀ ਹਰ ਕਿਸੇ ਦੀ ਜਿਹੜੀ ਮੁਰਾਦ ਪੂਰੀ ਕਰ ਕੋਈ ਵੀ ਝੋਲੀ ਮੇਰੇ ਸ਼ਹਿਨਸ਼ਾਹ ਦੇ ਦਰ ਤੋਂ ਅੱਜ ਸੱਖਣੀ ਨਾ ਜਾਵੇ ਆਖੋਂ ਮੇ ਬਸ ਗਈ ਹੈ ਚੱਲ ਕੇ
ਵਾਰੀ ਦੇਖ ਲੈਣਾ ਮਨ ਨਹੀਂ ਰੱਖਦਾ ਦੁਬਾਰਾ ਫਿਰ ਦਿਲ ਕਰਦਾ ਤੈਨੂੰ ਦੇਖਣ ਨੂੰ ਕਿਉਂ ਇੱਕ ਬ੍ਰਹਮਾ ਸਰਕਾਰ ਮੈਂ ਇੱਕ ਵਾਰੀ ਤੁਹਾਡੇ ਦਰਸ਼ਨ ਕਰ ਲੈਣਾ ਮੇਰਾ ਮਨ ਨਹੀਂ ਰੱਖਦਾ ਮੇਰਾ ਬਾਰ ਬਾਰ ਦਿਲ ਕਰਦਾ ਤੁਹਾਨੂੰ ਦੇਖਣ ਨੂੰ ਕਿਉਂ ਜੋੜਾ ਮੈਨੂੰ ਦੱਸ ਲੈਣ ਦੇ ਨਹੀਂ ਬਾਬਾ
ਕਦੇ ਉੱਠੋ ਭਾਈ ਚੱਲੀ ਆਪੋ ਆਪਣੇ ਘਰਾਂ ਨੂੰ ਹੁਣ ਜਿਹੜੇ ਤਾਂ ਪੀਰਾਂ ਨੇ ਮਾਰੇ ਸੀ ਉਹ ਤਾਂ ਉੱਠ ਕੇ ਖੜੇ ਹੋ ਗਏ ਜਿਹੜਾ ਉਸ ਮਾਈ ਦਾ ਬੱਚਾ ਸੀ ਉਹ ਖੜਾ ਨਹੀਂ ਹੋਇਆ ਫਕੀਰ ਬੜੇ ਭੋਲੇ ਹੁੰਦੇ ਆ ਰੱਬ ਦੀ ਤਾਰ ਨਾ ਤਾਰ ਬਣਾਈ ਕਹਿੰਦੇ ਯਾ ਖੁਦਾ ਬੰਦਾ ਆ ਕੀ ਰੌਲਾ ਬਈ ਉੱਤੋਂ ਆਵਾਜ਼ ਆਈ ਕਹਿੰਦੇ ਅਬਦੁਲ ਕਾਦਰ ਇਹ ਤੇਰਾ ਮਾਰਿਆ ਨਹੀਂ ਸਾਡਾ ਮਾਰਿਆ ਹੈ ਜਿੰਨਾ ਨਹੀਂ ਹੋ ਸਕਦਾ ਇਹ ਜਿੰਨਾ ਨਹੀਂ ਹੋ ਸਕਦਾ ਪਰ ਉਧਰ ਦੱਸਿਆ ਕਿ ਸਾਧੂ ਬੋਲੇ ਸੈਂਸ ਦਾ ਤੇ ਸਾਧੂ ਦਾ ਬੋਲਿਆ ਪੁੱਛਾ ਆਪ ਨੇ ਦੂਜੀ ਵਾਰ ਫਿਰ ਕਿਹਾ ਕਹਿੰਦਾ ਨਹੀਂ ਖੁਦਾ ਬੰਦਾ ਜਦ ਦੁਨੀਆਂ ਦੇ ਵਿੱਚ ਤੂੰ ਉਹਨੂੰ ਮਾਰਿਆ ਉਦੋਂ ਇਹ ਤੇਰਾ ਸੀ ਹੁਣ ਗੌਸ ਦੀ ਵਿਚਾਰੀ ਵਿੱਚ ਆ ਗਿਆ ਗੌਸ ਦਾ ਹੋ ਗਿਆ ਜਿੰਦਾ ਹੋਣਾ ਚਾਹੀਦਾ ਜਿੰਦਾ ਹੋਣਾ ਚਾਹੀਦਾ ਰੱਬ ਨੂੰ ਤਾਂ ਆਵਾਜ਼ ਦਿੱਤੀ ਕਹਿੰਦੇ ਨਹੀਂ ਗੌਸ ਤੇ ਜਿੰਦਾ ਨਹੀਂ ਹੋ ਸਕਦਾ ਆਪ ਨੂੰ ਗੁੱਸਾ ਆ ਗਿਆ ਜਲਾਲਤ ਆ ਗਈ ਕਹਿੰਦੇ ਯਾ ਖੁਦਾ ਬੰਦਾ ਜੇ ਅੱਜ ਬੱਚਾ ਜਿੰਦਾ ਹੋਵੇ ਤਾਂ ਗੱਲ ਖਪਦੀ ਹੈ ਜੇ ਅੱਜ ਬੱਚਾ ਜਿੰਦਾ ਹੋਵੇ ਤਾਂ ਗੱਲ ਫੱਪਦੀ ਏ ਨਹੀਂ ਤਾਂ ਅੱਜ ਗੌਸ ਦੇ ਘਰਾਣੇ ਨੂੰ ਲਾਜ ਲੱਗਦੀ ਜਿਸ ਨੇ ਇੰਨੀ ਗੱਲ ਕਹੀ ਉਹ ਮਾਈ ਦਾ ਬੱਚਾ ਉੱਠ ਕੇ ਖੜਾ ਹੋ ਗਿਆ ਆਵਾਜ਼ ਦਿੱਤੀ ਕਹਿੰਦੇ ਜਿਹਦਾ ਬੱਚਾ ਉਹ ਸਾਹਮਣੇ ਆ ਜਾਵੇ ਮਾਈ ਗਲ ਵਿੱਚ ਪੱਲਾ ਪਾਇਆ ਰੋਟੀ ਕਰਵਾਉਂਦੀ ਸਾਹਮਣੇ ਆ ਗਈ ਬੱਚੇ ਨੂੰ ਗੋਦ ਵਿੱਚ ਚੱਕ ਕੇ ਕੀ ਕਹਿੰਦੀ ਬਸ ਪੱਕ ਮੀਰਾ ਲਾ ਜਾ ਰੱਖ ਲਈਆਂ ਮੇਰੀਆਂ ਬਸ ਪੱਕ ਮੀਰਾ ਲਾ ਜਾ ਰੱਖ ਲਈਆਂ ਮਾਤਾ ਜੀ ਉਹ ਲਾਚਾ ਰੱਖਦਾ ਸਾਰਿਆਂ ਦੀਆਂ ਔਰ ਇਮਾਨ ਸੱਚਾ ਹੋਣਾ ਚਾਹੀਦਾ ਨੀਤ ਸੱਚੀ ਹੋਣੀ ਚਾਹੀਦੀ ਉਹ ਲਾਜ ਰੱਖਦਾ ਨੀ ਮੈਨੂੰ ਨੀ ਪਤਾ ਮੈਂ ਨੀ ਜਾਣਦਾ ਕਿ ਕਿਹਦੇ ਵਿੱਚ ਕੀ ਆ ਉਹ ਜਾਣਦਾ ਬੈਠਾ ਸੀ ਬਸ ਪੱਕ ਮੀਰਾ ਲਾਚਾ ਰੱਖ ਲਈਆਂ ਮੇਰੀਆਂ ਬਸ ਪੱਕ ਮੀਰਾ ਲਾਚਾ ਰੱਖ ਸਾਡਾ
تیرے نام دی خطا میری بان سیاں تیرے نام دی جے تو واد مارے پچی اونیاں میں جے تو واد مارے پچی اونیاں میں میرے گڑ پٹا تیرے نام والا میرے گڑ پٹا تیرے نام والا تیرے در تے پئی کُج لونیاں میں تیرے در تے پئی کُج لونیاں میں میرے شہنشاہ تیریاں تو جانے ਉਹਨਾਂ ਦਾ ਕਰਮ ਹੋਇਆ ਉਹਨਾਂ ਦੀ ਨਜ਼ਰ ਹੋਈ ਤੁਸੀਂ ਤਾਂ ਬੈਠੇ ਹੋ ਵਾਹ
ਕਿਉਂਕਿ ਜਦ ਤੱਕ ਉਸ ਮਾਲਕ ਦਾ ਕਰਮ ਨਹੀਂ ਨਾ ਹੁੰਦਾ ਜਦ ਤੱਕ ਉਸ ਮਾਲਕ ਦਾ ਆਸ਼ੀਰਵਾਦ ਨਹੀਂ ਮਿਲਦਾ ਤਦ ਤੱਕ ਨਹੀਂ ਬੈਠ ਹੁੰਦਾ ਜਦ ਤੱਕ ਇੱਕ ਸੱਟ ਨਹੀਂ ਲੱਗਦੀ ਉੱਥੇ ਸੱਟ ਕਦੋਂ ਲੱਗਦੀ ਜਦੋਂ ਸਾਨੂੰ ਧੱਕੇ ਖਾਂਦਿਆਂ ਨੂੰ ਦਰਦਾਂ ਨੂੰ ਧੱਕੇ ਖਾਂਦਿਆਂ ਨੂੰ ਤੋਂ ਆਸਰਾ ਨਹੀਂ ਮਿਲਦਾ ਜਦੋਂ ਸਾਡਾ ਬੇੜਾ ਬੰਨੇ ਲੱਗਦਾ ਨਾ ਫਿਰ ਸਾਡੇ ਦਿਲ ਨੂੰ ਸੱਟ ਲੱਗਦੀ ਹੈ ਔਰ ਜਦੋਂ ਬੇੜਾ ਬੰਨੇ ਲੱਗਦਾ ਫਿਰ ਸਾਨੂੰ ਚੇਤਾ ਨਹੀਂ ਭੁੱਲਦਾ ਇਹ ਸਾਡੀ ਕੁੰਡੀ ਉੱਥੇ ਅੜਦੀ ਜਾ ਕੇ ਕਿਉਂ ਕੌਣ ਕਹਿੰਦਾ ਕਿ ਸੁਣਦਾ ਨਹੀਂ ਬਾਬਾ ਕੌਣ ਕਹਿੰਦਾ ਕਿ ਸੁਣਦਾ ਨਹੀਂ ਬਾਬਾ ਬਾਬਾ ਭਰਮ ਰੱਖਦੇ ਲੱਚਾ ਪਾਉਂਦੇ ਨੇ ਬਾਬਾ ਭਰਮ ਰੱਖਦੇ ਲੱਚਾ ਪਾਉਂਦੇ ਨੇ ਬਾਬਾ ਭਰਮ ਰੱਖਦੇ ਲੱਚਾ ਪਾਉਂਦੇ ਨੇ ਦੁਨੀਆ ਹੈ ਨੁਸਰਤ ਗੁਨਾਹਗਾਰਾਂ ਨੂੰ ਕਤਲ ਮੀਲਾ ਛੱਡਿਆ
لا صوت كراري بند تي نو بغيا صوت
ترجمة
ਮਹਾਰਾਜੇ ਕਹਾਉਂਦੇ ਆ ਅਸੀਂ ਨੀਵੀਂ ਜਾਤ ਦਾ ਗੁਰੂ ਧਾਰਨ ਨਹੀਂ ਕਰਦੇ
ਕਿਉਂਕਿ ਮੀਰਾ ਹੱਥ ਦੇ ਵਿੱਚ ਦੋ ਤਾਰਾ ਲੈ ਕੇ ਗਲੀ ਗਲੀ ਦੇ ਵਿੱਚ ਹਰੀ ਹਰੀ ਕਰਦੀ ਪੁਕਾਰਦੀ ਸੀ ਤੇ ਮੀਰਾ ਦੀ ਮਾਂ ਮੀਰਾ ਨੂੰ ਕਹਿੰਦੀ ਹੈ ਕਿ ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਦੀਪਾ ਰੋਮ ਰੋਮ ਵਿੱਚ ਵਾਸ ਸਜਣ ਦਾ دنیا پہ خصمانو کھاوے وے مستی میں پھر دی
ਸਰਕਾਰਾਂ ਦਾ ਬੋਲਿਓ ਸਾਚੇ ਦਰਬਾਰ ਕੀ ਅਸਾ ਬੜੀ ਮਿਹਰਬਾਨੀ ਉਹਨਾਂ ਤਾੜੀਆਂ ਲਈ ਬਾਬਾ ਜੀ ਦੇ ਨਾਂ ਤੇ ਬੜੀ ਮਿਹਰਬਾਨੀ ਉਹਨਾਂ ਤਾੜੀਆਂ ਲਈ ਜਿਹੜੀਆਂ ਨਹੀਂ ਵਜਾਈਆਂ ਤੁਸੀਂ ਇਹ ਗੱਲ ਤੁਹਾਡੇ ਘਰ ਜਦੋਂ ਪਰੌਣੇ ਆਉਂਦੇ ਆ ਕੁੰਡੇ ਮਾਰ ਕੇ ਗਵਾਂਢੀ ਆ ਘਰੇ ਚਲੇ ਜਾਂਦੇ ਵੈਲਕਮ ਨਹੀਂ ਕਰਨਾ ਉਹਨਾਂ ਪਿੰਡਾਂ ਵਾਲੇ ਤਾਂ ਚੌਥੇ ਘਰ ਪਰੌਣੇ ਆਏ ਹੁਣ ਤੇ ਐਵੇਂ ਹੀ ਆਪਣੇ ਘਰ ਪਤਾ ਨਹੀਂ ਉਹ ਨਿੰਬੂ ਪਾਣੀ ਘੋਲ ਕੇ ਬਹਿ ਜਾਂਦੇ ਹੁੰਦੇ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਜੀ ਸਵਾਦੀਆਂ ਜਲੇਬੀਆਂ ਖਾ ਲੈਂਦਾ ਤੇ ਥੋੜੀ ਜਿਹੀ ਲੂਣ ਵਾਲਾ ਕਰਨਾ ਕਰਨਾ ਪੈਂਦਾ ਬੜਾ ਮਿੱਠਾ ਖਾ ਕੇ ਵੀ ਬੰਦਾ ਬੋਰ ਜਿਹਾ ਹੋ ਜਾਂਦਾ ਲਾਗੇ ਮੱਖੀ ਆਉਣ ਲੱਗ ਜਾਂਦੀ ਪਹਿਲਾਂ ਇੱਕ ਤਾਰੀ ਮਾਰਦੇ ਵੀ ਅਸੀਂ ਦੋਨੇ ਇੱਕੋ ਜਿਹਾ ਲੱਗਦੇ ਤਾਂ ਕਿਉਂਕਿ ਪਿਛਲੀ ਵਾਰੀ ਜਦੋਂ ਮੇਰੇ ਨਾਲ ਕੁੜੀ ਆਈ ਸੀ ਸਾਡੇ ਮਨਮੋਹਨ ਸਿੰਘ ਜੀ ਕਹਿੰਦੇ ਪਤਲੀ ਜਿਹੀ ਆ ਮੈਂ ਲੱਭ ਕੇ ਆਪਣੇ ਵਰਗੀ ਕਰ ਲਈ ਆ ਹਾਂਜੀ ਬੀਬੇ ਆਉਣ ਦੇ ਹੁਣ ਟਾਈਮ ਲੈ ਲਓ ਲੱਭ ਕੇ ਆਪਣੇ ਵਰਗੀ ਨਹੀਂ ਕਿਤੇ ਖਾਂਦੇ ਪੀਂਦੇ ਕਰਦੇ ਆ ਤੇਰੇ ਵੱਲ ਦੇਖ ਕੇ ਨਹੀਂ ਸੜਦੇ ਤਾਰੀ ਲਾਲੇ ਕਹਿੰਦੇ ਸੜਦੇ ਨਹੀਂ ਅਸੀਂ ਤਾਂ ਸਾੜਨੇ ਆ ਹੁਣ ਆ ਜਾਓ ਫੇ ਕਰਦਾ ਸੀ ਫੁੱਟ ਮੇਰੇ ਕੋਲ ਰਹਿੰਦਾ ਸੀ ਵਧੀਆ ਖਾਨਦਾਨ ਹੋਵੇ ਬੀਬਾ ਗੱਲ ਸੁਣ ਲਾ ਹੁਣ ਵਧੀਆ ਖਾਨਦਾਨ ਹੋਵੇ ਸਿਫਤਾਂ ਤਾਂ ਹੁੰਦੀਆਂ ਨਹੀਂ ਤਾਂ ਵਿਚੋਲੇ ਤਾਂ ਲਕੋ ਰੱਖਦੇ ਤਾੜੀ ਨਾਲ ਇੱਕ ਵਾਰੀ ਉਹ ਬੜਾ ਸੋ ਮੁੰਡਾ ਨਹੀਂ ਵਿਚੋਲਾ ਕਹਿੰਦਾ ਸੀ ਹੇ ਤਾੜੀ ਲਾ ਦਿਓ ਕਿਉਂਕਿ ਮੁੰਡਾ ਵਾਕੇ ਸਾਊ ਆ ਤਾਂ ਹੀ ਦਰਬਾਰਾਂ ਵਿੱਚ ਜਾ ਕੇ ਮੱਥਾ ਟੇਕਦੇ ਨੇ ਤਾਂ ਬੈਲੀਆਂ ਦਾ ਕੰਮ ਕੀ ਆ ਬੀਬਾ ਦੇਖੋ ਤੁਸੀਂ ਝੂਠ ਬੋਲਿਆ ਤੇ ਉਧਰੋਂ ਮੀਂਹ ਆ ਨਹੀਂ ਜੀ ਨਹੀਂ ਮੀਂਹ ਨਹੀਂ ਆਉਣਾ ਹੁਣ ਬੜੇ ਬੇਸ ਖੋਲ ਕੇ ਰੱਖੋ ਮੇਰਾ ਭਰਾ ਬੇਸ ਖੋਲ ਕੇ ਰੱਖੋ ਬੜਾ ਸੋ ਮੁੰਡਾ ਨਹੀਂ ਵਿਚੋਲ ਕਹਿੰਦਾ ਸੀ ਬੀਬਾ ਗੱਲ ਸੁਣ ਸਿਫਤ ਮੇਰੇ ਕੋਲ ਰਹਿੰਦਾ ਸੀ ਵਿਚੋਲੇ ਨੇ ਵੈਸੇ ਸਹੀ ਕਿਹਾ ਕਿ ਬੋਲ ਕੀ ਕਹਿਣੀ ਹੈ Yeah.
سمجھ بھی لگدا جے نہیں لگدا دس دو کچھ بعد کاٹا پا کر دی جے حسن والے کبوتر کی نسل ہوتے ہیں حسن والے کبوتر کی نسل ہوتے ہیں کبھی اس بکل میں ہوتے ہیں ساری والے جے کماری جے عشق والے بھی کسی سے کم نہیں کیا کرتے فرنڈ کی ہوتے ہیں اور فون پہ باتیں بیوی سے کی تاڑی لانا کرو جی چنگا لگتا ہوں لو جی تہ دلو شکر گزار ہاں جی ساڈے سوٹی بھائی سپیشل مار کر کے گئے نے ویر کر دے نے تکھیاں گراسیاں کہندے تو ہت چکی ہو تھا بس کے سب اجڑے لگدے Thank you.
ਸਾਚੇ ਦਰਬਾਰ ਕੀ ਜੈ ਹਾਂ ਜੀ ਮਿਹਰਬਾਨੀ ਸ਼ੁਕਰੀਆ ਜੀ ਕਿਉਂਕਿ ਟਾਈਮ ਸੀਮਤ ਹੈ ਇਸ ਲਈ ਗੁਰਵਿੰਦਰ ਗੋਲੀ ਕੁਲਵਿੰਦਰ ਰੇਮਪੀ ਜੀ ਦਾ ਹੀ ਇੱਥੇ ਹੀ ਇਹਨਾਂ ਦਾ ਸਮਾਂ ਸਮਾਪਤ ਹੈ ਜੀ ਇੱਕ ਵਾਰ ਇਹਨਾਂ ਦੇ ਨਾਂ ਤੇ ਤਾੜੀ ਲਾ ਦਿਓ ਜੀ ਜੇ ਪ੍ਰ